ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ ਬਹੁਤ ਸਾਰੇ ਸਟੂਡੈਂਟ ਲਗਾਤਾਰ ਇਹੀ ਕਮੈਂਟ ਕਰ ਰਹੇ ਕਿ ਸਰ ਬਹੁਤ ਸਾਰੇ ਅਲੱਗ-ਅਲੱਗ ਜੋ ਪੰਜਾਬ ਦੇ ਵਿੱਚ ਡਿਸਟ੍ਰਿਕਟ ਨੇ ਜਿਹੜੇ ਡਿਸਟ੍ਰਿਕਟ ਵਾਈ ਤੁਸੀਂ ਕਾਲਜ ਦੱਸ ਦੋ ਸਾਨੂੰ ਵੀ ਫਲਾਨੇ ਜ਼ਿਲ੍ਹੇ ਦੇ ਵਿੱਚ ਕਿਹੜੇ-ਕਿਹੜੇ ਕਾਲਜ ਨੇ ਜੋ ਸਾਡੇ ਆਸ-ਪਾਸ ਕਿਹੜੇ ਕਾਲਜ ਨੇ ਸੋ ਇਹ ਵੀਡੀਓ ਦੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਪਤਾ ਲੱਗ ਜਾਣਗੀਆਂ ਵੀ ਉਹਨਾਂ ਦੇ ਆਸ-ਪਾਸ ਕਾਲਜ ਕਿਹੜਾ ਆਪਾਂ ਅੱਜ ਸ਼ੁਰੂ ਕਰਨ ਲੱਗੇ ਆ ਬਠਿੰਡਾ ਤੋਂ ਕੇ ਬਠਿੰਡਾ ਦੇ ਵਿੱਚ ਚਾਹੇ ਤਾਂ ਗਵਰਨਮੈਂਟ ਹੋਵੇ ਚਾਹੇ ਪ੍ਰਾਈਵੇਟ ਹੋਵੇ ਉਹਦੇ ਵਿੱਚ ਕਿਹੜੇ-ਕਿਹੜੇ ਕਾਲਜ ਨੇ ਔਰ ਐਡਮਿਸ਼ਨ ਦੇ ਬਾਰੇ ਗੱਲ ਕਰਾਂਗੇ ਨੰਬਰ ਆਫ ਸੀਟਸ ਕਿੰਨੀਆਂ ਨੇ ਇਹਦੇ ਵਿੱਚ ਉਸ ਦੇ ਬਾਰੇ ਆਪਾਂ ਗੱਲ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿੰਦਾ ਮੈਂ ਅਗਰ ਤੁਸੀਂ ਬੀਐਡ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਆਨਲਾਈਨ ਬੈਚ ਆ ਤੁਸੀਂ ਬੈਚ ਚ ਲੈ ਸਕਦੇ ਹੋ ਫੁੱਲ ਕੋਰਸ ਕਵਰ ਫੁੱਲ ਸਿਲੇਬਸ ਜਿਹੜਾ ਕੋਰਸ ਆ ਸਿਲੇਬਸ ਕਵਰ ਕਰਾਂਗੇ ਇਹਦੇ ਵਿੱਚ ਰਿਕਾਰਡਰ ਵੀਡੀਓ ਪਲੱਸ ਪੀਡੀਫਸ ਮਿਲਣਗੇ ਜੋ ਵੀ ਸਟੱਡੀ ਮਟੀਰੀਅਲ ਆ ਦੇਖੋ ਤੁਹਾਨੂੰ ਪੀਡੀਫ ਮਿਲਣਗੇ ਕਲਾਸ ਦੇ ਵਿੱਚ ਲਾਈਵ ਕਲਾਸ ਪਲੱਸ ਰਿਕਾਰਡਡ ਕਲਾਸ ਮਿਲੇਗੀ ਉਸ ਦੇ ਨਾਲ ਤੁਹਾਨੂੰ ਸਟੱਡੀ ਮਟੀਰੀਅਲ ਜੋ ਵੀ ਦਿੱਤਾ ਜਾਏਗਾ ਤੁਹਾਨੂੰ ਪੀਵਾਈਕਿਊ ਕੁਐਸਚਨ ਮਿਲ ਜਾਣਗੇ ਤੁਹਾਨੂੰ ਐਕਸਟਾ ਮਲਟੀਪਲ ਚੁਆਇਸ ਮਿਲਣਗੇ ਔਰ ਤੁਹਾਨੂੰ ਟੈਸਟ ਵਗੈਰਾ ਸਭ ਕੁਝ ਮਿਲੇਗਾ ਕਿੰਨੇ ਰੁਪਏ ਦੇ ਵਿੱਚ 999 ਦੇ ਵਿੱਚ ਪਟਾ ਅਗਰ ਤੁਸੀਂ ਦੂਜੇ ਟੈਸਟ ਵਗੈਰਾ ਪੀ ਵੀ ਕਿਊ ਬੁੱਕ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਲੈ ਸਕਦੇ ਹੋ ਤੇ ਆਨਲਾਈਨ ਲੈਕਚਰ ਹੈ ਇਸ ਤੇ ਨੰਬਰ ਤੇ ਜਾ ਕੇ ਸਾਡਾ ਇਨਕੁਆਰੀ ਸ਼ੇਅਰ ਕਰ ਲਿਓ ਤੇ ਐਡਮਿਸ਼ਨ ਦੀ ਇਹ ਚੀਜ਼ ਕਹਿ ਰਿਹਾ ਗਰੰਟੀ ਲੈ ਰਹੇ ਆ ਕਿ ਐਡਮਿਸ਼ਨ ਹੋਏਗੀ ਤੁਹਾਡਾ ਜਿਹੜਾ ਇੰਟਰਨਲ ਟੈਸਟ ਆ ਉਹਨੂੰ ਅਸੀਂ ਕਲੀਅਰ ਕਰਵਾ ਕੇ ਹੀ ਛੱਡਾਂਗੇ ਸੋ ਸੋ ਅੱਜ ਹੀ ਜਾ ਕੇ ਇਨਰੋਲ ਕਰੋ ਆਪਣੇ ਆਪ ਨੂੰ ਤਾਂ ਲੋ ਜੀ ਅੱਗੇ ਗੱਲ ਕਰਦੇ ਆ ਕਿ ਸਾਡੀ ਇੱਕ ਬੁੱਕ ਹੀ ਬੁੱਕ ਵੀ ਆ ਚੁੱਕੀ ਹੈ ਕਿ ਪੀ ਵੀ ਕਿਊ ਜਿੰਨੇ ਵੀ ਪਿਛਲੇ ਸਾਲ ਦੇ ਪੇਪਰ ਹੋਏ ਨੇ ਤੋਂ ਉਹਨਾਂ ਵਿੱਚੋਂ ਜਿਹੜਾ MCQ ਸੀਰੀਜ਼ ਜਿਹੜੀ ਸਾਡੀ ਬੁੱਕ ਹੈ ਉਹਦੇ ਵਿੱਚ ਜਿੰਨੇ ਵੀ PYQ ਕੁਐਸਚਨ ਰਹਣਗੇ ਉਹ ਤੁਹਾਨੂੰ PDF ਫਾਰਮ ਦੇ ਵਿੱਚ ਮਿਲ ਜਾਣਗੇ ਤੇ ਟੈਸਟ ਲਈ ਇਹਦੇ ਨਾਲ ਇੱਕ ਹੋਰ ਤੁਹਾਨੂੰ ਦੱਸ ਦੇਵਾਂ ਤੁਹਾਨੂੰ ਵੀਡੀਓ ਸੋਲੂਸ਼ਨ ਮਿਲੇਗਾ ਜੋ ਵੀ ਸਾਡਾ ਇਹ ਟੈਸਟ ਅਟੈਚ PYQ ਮਿਲਣਗੇ ਉਹਦੇ ਨਾਲ ਕੀ ਹੋਏਗਾ ਤੁਹਾਨੂੰ ਸੋਲੂਸ਼ਨ ਵੀ ਮਿਲੇਗਾ ਇਹ ਬੁੱਕ ਤੁਸੀਂ ਲੈ ਸਕਦੇ ਹੋ ਪ੍ਰਾਈਸ ਦੇਖ ਸਕਦੇ ਹੋ ਸਾਡਾ ਵਧੇਰੇ ਜਾਣਕਾਰੀ ਲਈ ਸਾਡਾ ਜਿਹੜਾ ਨੰਬਰ ਹੈ ਨੰਬਰ ਤੇ ਜਾ ਕੇ ਇਨਕੁਆਰੀ ਸ਼ੇਅਰ ਕਰ ਸਕਦੇ ਹੋ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਨਵਾ ਕਿ ਇੱਕ ਦੇਖੋ ਸ਼ਾਇਰ ਲਿਖਿਆ ਹੋਇਆ ਕਿ ਜਜ਼ਬਾ ਜਨੂਨ ਹੋਵੇ ਜੇ ਮੰਜ਼ਲਾਂ ਨੂੰ ਪਾਉਣ ਦਾ ਫਿਰ ਪੱਥਰ ਵੀ ਪਿਕਲ ਕੇ ਨੀਰ ਬਣ ਜਾਂਦੇ ਨੇ ਨਿਗਾਹ ਜੇ ਸਵੱਲੀ ਹੋਵੇ ਬੰਦੇ ਉੱਤੇ ਰੱਬ ਦੀ ਫਿਰ ਤੁੱਕੇ ਵੀ ਸੱਜਣਾ ਹੋਏ ਤੀਰ ਬਣ ਜਾਂਦੇ ਨੇ ਸੋ ਮਿਹਨਤ ਕਰਦੇ ਰੋ ਮਿਹਨਤ ਤੋਂ ਨਾ ਭੱਜੋ ਮਿਹਨਤ ਦਾ ਫਲ ਅੱਜ ਨਹੀਂ ਤਾਂ ਕੱਲ ਤੁਹਾਨੂੰ ਮਿਲੇਗਾ ਸੋ ਇਸ ਕਰਕੇ ਕਹਿ ਰਹੇ ਹਾਂ ਤੁਹਾਨੂੰ ਸੌਖਾ ਹੋ ਜਾਏਗਾ ਕਿ ਤੁਹਾਨੂੰ ਜਿੰਨੇ ਵੀ ਪੀਬੀਕਿਊ ਹੈ ਇੱਕ ਬੁੱਕ ਦੇ ਵਿੱਚ ਮਿਲ ਜਾਣਗੇ ਇਹਦੇ ਨਾਲ ਤੁਹਾਨੂੰ ਐਕਸਟਰਾ ਵੀ ਐਮਸੀਕਿਊ ਮਿਲ ਜਾਣਗੇ ਉਸ ਦੇ ਨਾਲ ਕੁਝ ਟੈਸਟ ਵੀ ਐਕਸਟਰਾ ਜਿਹੜੇ ਰਹਿਣਗੇ ਉਹ ਥੋੜੀ ਜਿਆਸੀ ਐਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹ ਵੀ ਹੋ ਜਾਏਗੀ ਬਾਕੀ ਤੁਹਾਨੂੰ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਇਹਦਾ ਪੀਡੀਐਫ ਜੇ ਨਾਲ ਨਾਲ ਤੁਸੀਂ ਹਾਰਡ ਕਾਪੀ ਲੈਣਾ ਚਾਹੁੰਦੇ ਹੋ ਉਸ ਦੇ ਲਈ ਅਲੱਗ ਤੋਂ ਪੇ ਕਰਨਾ ਪਵੇਗਾ ਉਹਦੇ ਲਈ 300 ਰੁਪਇਆ ਪੇ ਕਰੋਗੇ ਤਾਂ ਇਹਦਾ ਤੁਸੀਂ ਹਾਰਡ ਕਾਪੀ ਵੀ ਮੰਗਵਾ ਸਕਦੇ ਹੋ ਕਰ ਉਸ ਤੋਂ ਬਾਅਦ ਸ਼ੁਰੂ ਕਰਦੇ ਆਂ ਪੰਜਾਬ ਦੇ ਵਿੱਚ ਬੀਐਡ ਕਾਲਜ ਬਠਿੰਡਾ ਦੇ ਵਿੱਚ ਤਾਂ ਬਠਿੰਡਾ ਦੇ ਵਿੱਚ ਬੀਐਡ ਕਾਲਜ ਕਿਹੜੇ-ਕਿਹੜੇ ਨੇ ਤਾਂ ਉਸ ਦੇ ਬਾਰੇ ਆਪਾਂ ਗੱਲ ਕਰਨ ਲੱਗੇ ਲੋ ਜੀ ਆ ਵੀਡੀਓ ਕਰਦੇ ਆ ਸ਼ੁਰੂ ਅੱਜ ਦੀ ਤੇ ਸੋ ਜੋ ਵੀ ਤੁਹਾਨੂੰ ਡਾਊਟ ਲੱਗਿਆ ਤੁਸੀਂ ਸਾਨੂੰ ਮੈਸੇਜ ਦੇ ਥਰੂ ਜਾਂ ਕਮੈਂਟ ਦੇ ਥਰੂ ਪੁੱਛ ਸਕਦੇ ਹੋ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਸੋ ਵੀਡੀਓ ਸ਼ੁਰੂ ਕਰਦੇ ਆਂ ਪੰਜਾਬ ਦੇ ਵਿੱਚ ਬੀਐਡ ਕਾਲਜ ਨੇ ਉਹਨਾਂ ਬਾਰੇ ਗੱਲ ਕਰਦੇ ਆਂ ਬਠਿੰਡਾ ਦੇ ਵਿੱਚ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਰਹੇਗੀ ਅਗਰ ਤੁਸੀਂ ਬੀਐਡ ਕਰਨਾ ਚਾਹੁੰਦੇ ਹੋ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਜਿਹੜੇ ਕਾਲਜ ਆ ਉਹਨਾਂ ਬਾਰੇ ਡਿਸਕਸ ਕਰ ਲੱਗੇ ਆ ਸਭ ਤੋਂ ਪਹਿਲਾ ਜਿਹੜਾ ਕਾਲਜ ਹੈ ਮਾਸਟਰ ਮਾਈਂਡ ਕਾਲਜ ਆਫ ਐਜੂਕੇਸ਼ਨ ਬਲੇਜ਼ ਗੈਰੀ ਭਾਗੀ ਇਹ ਡੱਬ ਵਾਲੀ ਤੋਂ ਬਠਿੰਡਾ ਜਾਂਦੇ ਰਸਤੇ ਦੇ ਵਿੱਚ ਇਹ ਮੇਨ ਰੋਡ ਦੇ ਉੱਤੇ ਆ ਮਾਸਟਰ ਮਾਈਂਡ ਜਿਹੜਾ ਕਾਲਜ ਐ ਐਜੂਕੇਸ਼ਨ ਦਾ ਉਹਦੇ ਵਿੱਚ ਨੰਬਰ ਆਫ ਸੀਟਸ ਕਿੰਨੀਆਂ 100 ਸੀਟਾਂ ਨੇ ਉਸੀ ਬੀਅਰਡ ਵਾਲੇ ਜਿਹੜੇ ਆ ਬੱਚੇ 100 ਸੀਟਾਂ ਦੇ ਨਾਲ ਐਡਮਿਸ਼ਨ ਲਾਉਂਗੇ ਕਿ 100 ਤੋਂ ਵੱਧ ਸੀਟਾਂ ਨਹੀਂ ਹੈਗੀਆਂ ਉਹਦੇ ਨਾਲ ਦੱਸ ਦੇਵਾਂ ਇੱਥੇ ਵੀ ਤੁਹਾਡੇ ਤੋਂ ਐਂਟਰਸ ਟੈਸਟ ਲਿਆ ਜਾ ਰਿਹਾ ਸੋ ਉਹਦੀ ਅਸੀਂ ਤਿਆਰੀ ਕਰਵਾ ਰਹੇ ਆ ਸਾਡੇ ਨਾਲ ਆ ਕੇ ਤਿਆਰੀ ਸ਼ੁਰੂ ਕਰ ਦਵੋ ਉਸ ਤੋਂ ਬਾਅਦ ਦੂਸਰਾ ਜਿਹੜਾ ਕਾਲਜ ਆ ਸਾਡਾ ਐਸਐਸਟੀ ਗਰਲਜ਼ ਕਾਲਜ ਇੱਥੇ ਗਰਲਜ਼ ਕਾਲਜ ਦਾ ਮਤਲਬ ਕਿ ਇੱਥੇ ਕੱਲੀਆਂ ਗਰਲਜ਼ ਹੀ ਐਡਮਿਸ਼ਨ ਲੈ ਸਕਦੀਆਂ ਨੇ ਉਹਦੀ ਗੱਲ ਕਰੀ ਐਜੂਕੇਸ਼ਨ ਅਮਰੀਕ ਸਿੰਘ ਰੋਡ ਬਠਿੰਡਾ ਦੇ ਵਿੱਚ ਆ ਬਠਿੰਡਾ ਦਾ ਮੇਨ ਸਿਟੀ ਬਠਿੰਡਾ ਦੇ ਵਿੱਚ ਹੈ ਜੀ ਇਹ ਕਾਲਜ ਤੇ ਇਹਦੇ ਵਿੱਚ ਨੰਬਰ ਆਫ ਸੀਟਸ ਕਿੰਨੀਆਂ 100 100 ਸੀਟਸ ਆ ਇਹਦੇ ਵਿੱਚ ਆ 100 ਸੀਟਾਂ ਤੁਹਾਨੂੰ ਮਿਲਣਗੀਆਂ ਇਹਦੇ ਵਿੱਚ ਕੱਲੀਆਂ ਗਰਲਜ਼ ਜਾਂ ਆਪਾਂ ਊਮੈਨ ਹੀ ਐਡਮਿਸ਼ਨ ਲੈ ਸਕਦਾ ਕੋਈ ਅਦਰ ਜੈਂਡਰ ਐਡਮਿਸ਼ਨ ਤਾਂ ਦੇਖੋ ਨਹੀਂ ਲੈ ਸਕਦਾ ਠੀਕ ਹੈ ਇਹਦੇ ਵਿੱਚ 200 ਸੀਟਾਂ ਆ ਉਦੋਂ ਗੱਲ ਕਰੀਏ ਸੈਕੰਡ ਜਿਹੜਾ ਕਾਲਜ ਅਗਲਾ ਆਪਣੇ ਕੋਲ ਕਾਲਜ ਆ ਆਕਲੀਆ ਕਾਲਜ ਆਫ ਐਜੂਕੇਸ਼ਨ ਬਲੇਜ ਆਕਲੀਆ ਕਲਾ ਪੀਓ ਗੋਨਿਆਣਾ ਮੰਡੀ ਇਹ ਜਿਹੜਾ ਗੁੰਨੇਆਂ ਨੇ ਮੰਡੀ ਦੇ ਕੋਲੇ ਆਕਲੀਆ ਕਾਲਜ ਆ ਆਕਲੀਆ ਕਲਾਾਂ ਦੇ ਵਿੱਚ ਆ ਆਕਲੀਆ ਕਾਲਜ ਆ ਐਜੂਕੇਸ਼ਨ ਦਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਜਿਹੜੇ ਟਾਈਮ 'ਚ 200 ਸੀਟਾਂ ਨੇ ਮੇਲ ਤੇ ਫੀਮੇਲ ਦੋਨੋਂ ਹੀ ਇੱਥੇ ਐਡਮਿਸ਼ਨ ਲੈ ਸਕਦੇ ਆ ਬੁਆਇਜ਼ ਐਂਡ ਗਰਲਜ਼ ਦੋਨੋਂ ਐਡਮਿਸ਼ਨ ਲੈ ਸਕਦੇ ਆ ਪਰ ਐਂਟ੍ਰਾਂਸ ਟੈਸਟ ਬੇਸ ਐਡਮਿਸ਼ਨ ਹੋਣੀ ਆ ਸੋ ਉਹਦੀ ਤੁਸੀਂ ਤਿਆਰੀ ਸ਼ੁਰੂ ਕਰ ਦੇਵੋ ਐਂਟ੍ਰਾਂਸ ਟੈਸਟ ਦੀ ਅਸੀਂ ਤਿਆਰੀ ਕਰਵਾ ਦੇ ਅਗਲਾ ਜਿਹੜਾ ਕਾਲਜ ਆ ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਆ ਬੀਪੀਓ ਦਿਓਣ ਮੁਕਸਰ ਇਹ ਦਿਓਣ ਕਿੱਥੇ ਆ ਜੀ ਜਿੱਥੇ ਕੇ ਡਾਈਟ ਕਾਲਜ ਤੁਹਾਨੂੰ ਮਿਲਦਾ ਡਾਈਟ ਉਹ ਦਿਉਨ ਦੇ ਵਿੱਚ ਹੀ ਆ ਟਾਈਟ ਜਿਹੜਾ ਈਟੀਟੀ ਕਰਨ ਵਾਸਤੇ ਆ ਉਹਦੇ ਵਿੱਚ ਨੰਬਰ ਆਫ ਸੀਟਸ ਕਿੰਨੀਆਂ 100 ਆ ਆ ਮੁਕਸਰ ਰੂਟ ਤੇ ਆ ਦਿਉਨ ਦੇ ਵਿੱਚ ਮੁਕਸਰ ਬਠਿੰਡਾ ਤੋਂ ਮੁਕਸਰ ਜਾਂਦੇ ਆ ਤਾਂ ਉਹਦੇ ਰਾਸਤੇ ਵਿੱਚ ਦਿਉਨ ਪਿੰਡ ਪੈਂਦਾ ਆ ਬਠਿੰਡਾ ਦੇ ਵਿੱਚ ਹੀ ਆ ਉਹਦੇ ਵਿੱਚ ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਪੈ ਰਿਹਾ ਜਿੱਥੇ ਤੁਸੀਂ ਆਪਣੀ ਬੀਏਡ ਕਰੋਗੇ 100 ਸੀਟਾਂ ਨੇ ਇਹਦੇ ਵਿੱਚ ਅਗਲੀ ਗੱਲ ਕਰਦੇ ਆ ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ ਐਜੂਕੇਸ਼ਨ ਲਹਿਰਾ ਮੁਹੱਬਤ ਇਹ ਰਾਮਪੁਰਾ ਕੋਲ ਆ ਬਿਲਕੁਲ ਨਾ ਰਾਮਪੁਰਾ ਦੇ ਨਾਲ ਲੱਗਦਾ ਹੈ ਜਦੋਂ ਆਪਾਂ ਪੁੱਚੋ ਨੂੰ ਰਾਮਪੁਰੇ ਤੋਂ ਪੁੱਚੋ ਨੂੰ ਆਉਂਦੇ ਰਸਤੇ ਦੇ ਵਿੱਚ ਪੈਂਦਾ ਤੇ ਇਹਦੇ ਵਿੱਚ ਨੰਬਰੋ ਸੀਟ ਕਿੰਨੀਆਂ ਨੇ 100 ਸੀਟਾਂ ਨੇ ਇਹਦੇ ਵਿੱਚ ਵੀ ਸੇਮ 100 ਸੀਟਾਂ ਨੇ ਥੋੜੀਆਂ ਘਣੀਆਂ ਪੱਧ ਘਟ ਸਕਦੀਆਂ ਹੁੰਦੀਆਂ ਪਰ ਇੰਨੀਆਂ ਨਹੀਂ ਪਰ 100 ਸੀਟ ਹੀ ਰਹਿਣਗੀਆਂ ਇਹਦੇ ਵਿੱਚ ਤਾਂ ਅਗਲਾ ਕਾਲਜ ਕਿਹੜਾ ਮਹਾਰਾਜ ਅਗਰ ਸੇਨ ਕਾਲਜ ਆਫ ਐਜੂਕੇਸ਼ਨ ਬਲੇਜ ਜੈ ਸਿੰਘ ਵਾਲਾ ਇਹ ਜੈ ਸਿੰਘ ਵਾਲਾ ਕਿੱਥੇ ਆ ਜਦੋਂ ਬਠਿੰਡਾ ਤੋਂ ਆਪਾਂ ਤਲਵੰਡੀ ਨੇ ਆਉਣਾ ਹੈ ਉੱਥੇ ਜੈ ਸਿੰਘ ਵਾਲਾ ਆਉਂਦਾ ਤੇ ਉਹਦੇ ਵਿੱਚ ਇਹ ਜਿਹੜਾ ਕਾਲਜ ਆ ਤੇ ਉਹਦੇ ਵਿੱਚ ਨੰਬਰ ਆ ਸੀਟਸ ਕਿੰਨੀਆਂ ਇਹਦੇ ਵਿੱਚ 100 ਸੀਟਾਂ ਨੇ ਇਹਦੇ ਵਿੱਚ ਵੀ 100 ਸੀਟਾਂ ਨੇ ਅਗਲੀ ਗੱਲ ਕਰਦੇ ਆ ਅਗਲਾ ਕਾਲਜ ਇਹ ਕਿਹੜਾ ਜੀ ਸੇਮ ਉੱਥੇ ਹੀ ਦਿਉਣ ਦੇ ਵਿੱਚ ਕਾਲਜ ਹੋਰ ਆ ਜੀ ਮਾਲਵਾ ਕਾਲਜ ਆਫ ਐਜੂਕੇਸ਼ਨ ਬਲੇਜ ਦਿਉਣ ਮੁਕਸਰ ਰੋਡ ਤੇ ਉੱਤੇ ਆ ਇਹ ਵੀ ਇਹਦੇ ਵਿੱਚ ਵੀ 100 ਸੀਟਾਂ ਤੁਹਾਨੂੰ ਮਿਲ ਲਈਆਂ ਦਿਵਾਂ ਦੇ ਵਿੱਚ ਦੋ ਆ ਜੀ ਦੋਨਾਂ ਵਿੱਚ 200 ਦਿਵਾਂ ਜਿਹੜਾ ਬਲੇਜ ਆ ਉਹਦੇ ਵਿੱਚ ਦੋ ਕਾਲਜ ਨੇ ਦੋਨਾਂ ਵਿੱਚ ਟੋਟਲ ਮਿਲਾ ਕੇ ਦਿਵਾਂ ਦੇ ਵਿੱਚ 200 ਸੀਟਾਂ ਨੇ ਬੀਐਡ ਦੀਆਂ ਬਹੁਤ ਜ਼ਿਆਦਾ ਸੀਟਾਂ ਨੇ ਆਲਾ ਦੇਖੋ ਮਾਤਾ ਮੈਸਰ ਖਾਨਾ ਕਾਲਜ ਆਫ ਐਜੂਕੇਸ਼ਨ ਫਾਰ ਗਰਲਸ ਇੱਥੇ ਗਰਲਸ ਦੀ ਗੱਲ ਆ ਗਈ ਤਾਂ ਕੱਲੀਆਂ ਕੁੜੀਆਂ ਹੀ ਐਡਮਿਸ਼ਨ ਲੈ ਸਕਣਗੀਆਂ ਬਲੇਜ ਮੈਸਰ ਖਾਨਾ ਇਹ ਬਠਿੰਡਾ ਦੇ ਵਿੱਚ ਮੈਸਰ ਖਾਨਾ ਜਦੋਂ ਆਪਾਂ ਬਠਿੰਡੇ ਤੋਂ ਆ ਬਠਿੰਡੇ ਤੋਂ ਆਪਾਂ ਮਾਨਸਾ ਵੱਲ ਜਾਂਦੇ ਤੇ ਰਾਸਤੇ ਦੇ ਵਿੱਚ ਮੈਸਟਰ ਖਾਨਾ ਪਿੰਡ ਪੈਂਦਾ ਉੱਥੇ ਆ ਨੰਬਰ ਆਫ ਸੀ ਕਿੰਨੀਆਂ 100 ਸੀਟਾਂ ਨੇ ਇਹਦੇ ਵਿੱਚ 100 ਸੀਟਾਂ ਨੇ ਇਹਦੇ ਵਿੱਚ ਇਸ ਤੋਂ ਜ਼ਿਆਦਾ ਸੀਟਾਂ ਨਹੀਂ ਹੋ ਸਕਦੀਆਂ ਅਗਲਾ ਕੀ ਅਗਲਾ ਕਾਲਜ ਆਪਣੇ ਕੋਲੇ ਸਵਾਮੀ ਦਿਆਨੰਦ ਕਾਲਜ ਆਫ ਐਜੂਕੇਸ਼ਨ ਲਹਿਰਾ ਬੇਗਾ ਰਾਮਪੁਰਾ ਰੋਡ ਤੇ ਹੈ ਲਹਿਰਾ ਬੇਗਾ ਲਹਿਰਾ ਮੁਹਬਤ ਦੇ ਨਾਲ ਹੀ ਇਹ ਵੀ ਸਵਾਮੀ ਦਿਆਨੰਦ ਕਾਲਜ ਆ ਜਿੱਥੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਹਦੇ ਵਿੱਚ ਵੀ 200 ਸੀਟਾਂ ਕਿੰਨੀਆਂ ਜੀ ਤੁਹਾਡੇ ਲਈ 200 ਸੀਟਾਂ ਆ ਇਸ ਕਾਲਜ ਦੇ ਵਿੱਚ ਵੀ ਲ ਸੋ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇੰਟਰਨਲ ਟੈਸਟ ਬੇ ਐਡਮਿਸ਼ਨ ਆ ਅਗਲਾ ਦੀ ਖੋਜੀ ਅਗਲਾ ਕਾਲਜ ਕਿ ਬਾਗਲਾ ਮੁਖੀ ਕਾਲਜ ਆਫ ਐਜੂਕੇਸ਼ਨ ਵਿਲੇਜ ਬੱਲੂਆਣਾ ਰਾਮਪੁਰਾ ਰੋਡ ਬੱਲੂਆਣਾ ਰਾਮਪੁਰਾਣੀ ਬੱਲੂਆਣਾ ਬਠਿੰਡਾ ਤੋਂ ਉਹ ਵਾਲਾ ਰਸਤਾ ਜੀ ਉਹਦੇ ਵਿੱਚ ਨੰਬਰ ਉਹ ਸੀਟਾਂ ਕਿੰਨੀਆਂ 100 ਸੀਟਾਂ ਨੇ ਠੀਕ ਹੈ 100 ਸੀਟਾਂ ਨੇ ਬੱਲੂਆਣਾ ਦੇ ਵਿੱਚ ਹਾਲਾਂਕਿ ਆਪਣੇ ਕੋਲੇ ਜੀਟੀਵੀ ਕਾਲਜ ਆਫ ਜੀਟੀਵੀ ਕਾਲਜ ਆਫ ਐਜੂਕੇਸ਼ਨ ਬਲੇਜ ਬੱਲੋ ਪੱਲੋ ਦੇ ਵਿੱਚ ਆ ਰਾਮਪੁਰਾ ਜਦੋਂ ਜਾਣਦੇ ਆ ਰਸਤੇ ਦੇ ਵਿੱਚ ਆਉਂਦਾ ਜੀ ਇਹਦੇ ਵਿੱਚ ਨੰਬਰ ਆ ਸੀਟਸ ਕਿੰਨੀਆਂ 100 ਸੀਟਾਂ ਨੇ ਇਹਦੇ ਵਿੱਚ ਵੀ ਤੁਸੀਂ 100 ਸੀਟਸ ਦੇ 100 ਸੀਟਾਂ 100 ਬੱਚੇ ਐਡਮਿਸ਼ਨ ਲੈ ਸਕਦੇ ਆ ਇਹਦੇ ਵਿੱਚ ਇਹ ਨਹੀਂ ਮੈਟਰ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਮਿਲਣਗੇ ਜੀ ਐਡਮਿਸ਼ਨ ਵੀ ਅਗਲਾ ਕਿਹੜਾ ਕਾਲਜ ਆਪਣਾ ਮਾਤਾ ਸੁందਰੀ ਗਰਲਜ਼ ਕਾਲਜ ਆਫ ਐਜੂਕੇਸ਼ਨ ਪਲੇਜ ਢੱਡੇ ਬਲੇਜ ਟੱਡੇ ਜਿਹੜਾ ਰਾਮਪੁਰੇ ਦੇ ਕੋਲ ਲੱਗਦਾ ਜੀ ਇਹ ਵੀ ਟੱਡੇ ਆ ਇਹਦੇ ਵਿੱਚ ਨੰਬਰ ਆਫ ਸੀਟਸ ਕਿੰਨੀਆਂ 100 ਸੀਟਾਂ ਨੇ 100 ਸੀਟਸ ਨੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਜਿਨ੍ਹਾਂ ਨੂੰ ਅਫੀਲੀਏਸ਼ਨ ਮਿਲੀ ਆ ਗਵਰਨਮੈਂਟ ਐਡਡ ਨੇ ਜਾਂ ਹੀ ਪ੍ਰਾਈਵੇਟ ਆ ਗਵਰਨਮੈਂਟ ਨੇ ਇਹਨਾਂ ਉਹ ਕਾਲਜ ਦੀ ਗੱਲ ਕਰ ਰਹੇ ਆ ਅਗਲਾ ਕਾਲਜ ਕੀ ਆ ਮਾਤਾ ਸੁੰਦਰੀ ਟੱਟੇ ਹਾਂਜੀ ਇਹਦੀ ਵੀ ਗੱਲ ਕਰ ਚੁੱਕੇ ਆ ਸੋ ਆਈ ਹੋਪ ਕਿ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਕੋਈ ਵੀ ਇਨਕੁਆਰੀ ਚਾਹੀਦੀ ਹੈ ਬੀਅਰਡ ਦੇ ਰਿਗਾਰਡਿੰਗ ਅਗਰ ਤੁਹਾਨੂੰ ਇਹ ਲੱਗਦਾ ਕਿ ਸਰ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਸੋ ਸਾਡੇ ਇਸ ਨੰਬਰ ਤੇ ਜਾ ਕੇ ਸਾਡੇ ਨਾਲ ਜਿਹੜੀ ਇਨਕੁਆਰੀ ਸ਼ੇਅਰ ਕਰ ਸਕਦੇ ਹੋ ਜੋ ਵੀ ਤੁਹਾਡਾ ਡਾਊਟ ਆਸੀ ਡਾਊਟ ਤੁਹਾਡਾ ਸੁਣਾਵਾਂਗੇ ਡਿਸਕਸ ਕਰਾਂਗੇ ਫਾਰਮ ਜਲਦੀ ਓਪਨ ਹੋਣ ਵਾਲੇ ਆ ਇਸ ਤੇ ਸੋ ਇਸ ਦੇ ਲਈ ਤੁਸੀਂ ਜਿਹੜੀ ਆਪਣੀ ਤਿਆਰੀ ਸ਼ੁਰੂ ਕਰ ਦਿਓ ਜਿਆਦਾ ਲੇਟ ਨਾ ਹੋ ਤਿਆਰੀ ਕਰਨੀ ਸ਼ੁਰੂ ਕਰ ਦੋ ਜਦਾ ਸਮਾਂ ਨਹੀਂ ਹੈਗਾ ਕਿਉਂਕਿ ਆਪਾਂ ਨੂੰ 2 ਮਨთ ਤੋਂ ਬਾਅਦ ਤੋਂ ਬਾਅਦ 2 ਮਨთ ਮਿਲਣਗੇ ਸੋ ਸਾਡਾ ਜਿਹੜਾ ਬੈਚ ਆ ਉਹ ਮਿਲ ਰਿਹਾ ਜੀ ਹੁਣ ਟ੍ਰਿਪਲ ਲਾਈਨ ਦੇ ਵਿੱਚ ਪਲੱਸ ਇਹਦੇ ਵਿੱਚ ਪੀਡੀਐਫ ਮਿਲੇਗਾ ਹਨਾ 245 54 ਰੁਪਏ 49 ਰੁਪਏ ਦਾ ਜਿਹੜਾ ਪੀਡੀਐਫ ਮਿਲੇਗਾ ਪੀਯੂਕ ਬੁੱਕ ਪਲੱਸ ਆਡੀ ਜਿਹੜੀ ਥੀਰੀ ਬੁੱਕ ਆ ਉਹ ਮਿਲੇਗੀ 1559 ਦੇ ਵਿੱਚ ਟੋਟਲ ਲਾ ਕੇ 1400 ਪਲੱਸ ਪੈਸੇ ਹੋ ਜਾਂਦੇ ਆ 1500 ਮੰਨ ਲਓ 1500 ਰੁਪਇਆ ਬਣਦਾ ਪਰ ਤੁਸੀਂ 1500 ਨਹੀਂ ਪੇ ਕਰਨਾ 1299 ਰੁਪਇਆ ਦੇ ਵਿੱਚ ਤੁਸੀਂ ਸਾਡਾ ਜਿਹੜਾ ਬੈਚ ਲੈ ਸਕਦੇ ਹੋ ਠੀਕ ਹੈ ਜੀ ਆਈ ਹੋਪ ਕਿ ਵੀਡੀਓ ਵਧੀਆ ਲੱਗੀਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਔਰ ਵੱਧ ਤੋਂ ਵੱਧ ਚੈਨਲ ਨੂੰ ਤੁਸੀਂ ਅਗਰ ਪਹਿਲੀ ਵਾਰ ਚੈਨਲ ਤੇ ਆਏ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਇਸ ਤਰ੍ਹਾਂ ਦੀ ਅਪਡੇਟਸ ਤੁਹਾਨੂੰ ਇਸ ਚੈਨਲ ਦੇ ਥਰੂ ਅਪਡੇਟ ਜੋ ਵੀ ਆ ਉਹ ਮਿਲਦੀ ਰਵੇ ਮਿਲਦੇ ਆ ਨਹੀਂ ਫਿਰ ਆਪਾਂ ਬੈਚ ਦੇ ਵਿੱਚ